ਬਟਿੰਡਾ ਵਿੱਚ ਚਾਰ ਫੌਜੀ ਜਵਾਨਾਂ ਦੇ ਕਤਲ ਕੇਸ ਵਿੱਚ ਵੱਡਾ ਖੁਲਾਸਾ ਫੜਿਆ ਗਿਆ ਚਾਰ ਜਵਾਨਾਂ ਦਾ ਕਾਤਲ ਨਿੱਜੀ ਰੰਜਿਸ਼ ਕਰਕੇ ਫੌਜੀ ਨੇ ਹੀ ਕੀਤੀ ਸੀ ਫਾਇਰਿੰਗ ਸੋ ਬਟਿੰਡਾ ਕਤਲ ਕਾਂਡ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਜੀ ਹਾਂ ਬਟਿੰਡਾ ਦੇ ਵਿੱਚ ਜਿਹੜਾ ਹੈ ਪਿਛਲੇ ਦਿਨ ਹੀ ਮਿਲਟਰੀ ਏਰੀਆ ਵਿੱਚ ਫਾਇਰਿੰਗ ਹੋਈ ਸੀ ਸੋ ਉਸ ਵਿੱਚ ਇੱਕ ਬਹੁਤ ਹੀ ਵੱਡਾ ਖੁਲਾਸਾ ਹੋਇਆ ਸੋ ਉਸ ਬਟਿੰਡਾ ਮਿਲਟਰੀ ਏਰੀਆ ਵਿੱਚ ਫਾਇਰਿੰਗ ਕਰਕੇ ਚਾਰ ਫੌਜੀ ਜਵਾਨਾਂ ਦੇ ਕਤਲ ਕੇਸ ਨਾਲ ਜੁੜੀ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਇੱਕ ਫੌਜੀ ਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਸੋ ਸੂਤਰਾਂ ਦੇ ਮੁਤਾਬਕ ਇਸ ਜਵਾਨ ਨੇ ਹੀ ਫਾਇਰਿੰਗ ਕਰਕੇ ਚਾਰ ਜਵਾਨਾਂ ਦਾ ਕਤਲ ਕੀਤਾ ਸੀ ਸੋ ਹਾਸਲ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਪੁਲਿਸ ਨੇ ਕੈਂਟ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਘਟਨਾ ਦੇ ਚਸ਼ਮਦੀਦ ਗਵਾਹ ਨੂੰ ਗ੍ਰਿਫਤਾਰ ਕਰ ਲਿਆ ਉਸਨੇ ਹੀ ਆਪਸੀ ਦੁਸ਼ਮਣੀ ਦੇ ਕਾਰਨ ਚਾਰ ਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ ਤਫਤੀਸ਼ ਦੌਰਾਨ ਜਦੋਂ ਚਸ਼ਮਦੀਦ ਗਨਰ ਨੂੰ ਤਫਤੀਸ਼ ਵਿੱਚ ਸ਼ਾਮਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਉਸਨੇ ਮੰਨਿਆ ਹੈ ਕਿ ਆਪਣੀ ਨਿੱਜੀ ਰੰਜਿਸ਼ ਕਰਕੇ ਹੀ ਉਸਨੇ ਪਹਿਲਾਂ ਚਾਰ ਜਵਾਨਾਂ ਨੂੰ ਮਾਰਨ ਦੇ ਲਈ ਰਾਈਫਲ ਚੋਰੀ ਕੀਤੀ ਫਿਰ ਉਸੇ ਰਾਈਫਲ ਦੇ ਨਾਲ ਚਾਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਦੱਸ ਦਿੰਦੇ ਹਾਂ ਤੁਹਾਨੂੰ ਕਿ 12 ਅਪ੍ਰੈਲ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਚਾਰ ਫੌਜੀ ਜਵਾਨਾਂ ਦੇ ਮਾਮਲੇ ਦੀ ਜਾਂਚ ਫੌਜ ਤੇ ਪੁਲਿਸ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਪਹਿਲੀ ਗ੍ਰਿਫਤਾਰੀ ਹੋਈ ਹੈ ਸੋ ਇਸ ਤੋਂ ਪਹਿਲਾਂ ਬਠਿੰਡਾ ਮਿਲਟਰੀ ਸਟੇਸ਼ਨ ਦੇ ਵਿੱਚ ਫਾਇਰਿੰਗ ਕਰਕੇ ਚਾਰ ਜਵਾਨਾਂ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਫੌਜ ਦੇ 10 ਜਵਾਨਾਂ ਨੂੰ ਨੋਟਿਸ ਭੇਜਿਆ ਸੀ ਇਹ ਨੋਟਿਸ ਧਾਰਾ 160 ਤਹਿਤ ਭੇਜਿਆ ਗਿਆ ਸੀ ਸੋ ਇਸ ਵਿੱਚ ਫੌਜ ਦੇ ਜਵਾਨਾਂ ਨੂੰ ਬਿਆਨ ਦਰਜ ਕਰਵਾਉਣ ਦੇ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਸੋ ਇੱਥੇ ਇੱਕ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਉੱਤੇ ਚਾਰ ਜਵਾਨਾਂ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰ ਦਿੱਤਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਜਿਹੜੀ ਹੈ ਦੇਸਾਈ ਮੋਹਨ ਨਾਂ ਦੇ ਗਨਰ ਨੂੰ ਗ੍ਰਿਫਤਾਰ ਕੀਤਾ ਹੈ ਉਹ ਪਹਿਲਾਂ ਇਸ ਕੇਸ ਦਾ ਚਸ਼ਮਦੀਦ ਗਵਾਹ ਸੀ ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਦਾ ਸ਼ੱਕ ਉਸ ਉੱਤੇ ਡੂੰਘਾ ਹੋ ਗਿਆ ਅਤੇ ਆਖਰਕਾਰ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੋ ਦੇਸਾਈ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਐਸਐਸਪੀ ਬਠਿੰਡਾ ਗੁਲਨੀਤ ਖੁਰਾਣਾ ਨੇ ਦੱਸਿਆ ਹੈ ਕਿ ਘਟਨਾ ਦੇ ਚਸ਼ਮਦੀਦ ਗਵਾਹ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ ਦੇਰ ਰਾਤ ਤੱਕ ਸੀਆਈਏ ਵਿੱਚ ਬੰਦ ਦੇਸਾਈ ਮੋਹਨ ਤੋਂ ਬਠਿੰਡਾ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਸੋ ਪੁਲਿਸ ਮੁਤਾਬਕ ਦੇਸਾਈ ਮੋਹਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਚਾਰ ਜਵਾਨ ਉਸਦਾ ਜਿਨਸੀ ਸ਼ੋਸ਼ਣ ਕਰਦੇ ਸਨ ਜਿਸ ਤੋਂ ਤੰਗ ਆ ਕੇ ਉਸਨੇ ਚਾਰਾਂ ਦੀ ਹੱਤਿਆ ਕਰ ਦਿੱਤੀ ਸੋ ਇੱਕ ਵੱਡਾ ਖੁਲਾਸਾ ਹੋਇਆ ਤੋ ਦੱਸ ਦਿੰਦੇ ਹਾਂ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ ਦੇ ਉੱਤੇ ਬੁੱਧਵਾਰ ਤੜਕੇ ਚਾਰ ਫੌਜੀ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਘਟਨਾ ਦੇ ਸਮੇਂ ਇਹ ਸਾਰੇ ਹੀ ਜਵਾਨ ਸਟੇਸ਼ਨ ਤੇ ਆਪਣੀ ਬੈਰਕ ਦੇ ਵਿੱਚ ਸੋ ਰਹੇ ਸਨ ਇਹਨਾਂ ਸਾਰਿਆਂ ਦੀ ਉਮਰ 24 ਤੋਂ 25 ਸਾਲ ਦਰਮਿਆਨ ਸੀ ਸੋ ਪੁਲਿਸ ਨੇ ਮੌਕੇ ਤੇ ਹਥਿਆਰ ਅਤੇ ਇਨਸਾਸ ਰਾਈਫਲ ਦੇ 19 ਖਾਲੀ ਖੋਲ ਬਰਾਮਦ ਕੀਤੇ ਨੇ ਇਸ ਦੇ ਨਾਲ ਹੀ ਇਸ ਘਟਨਾ ਦੇ ਚਸ਼ਮਦੀਦ ਗਵਾਹ ਦੇਸਾਈ ਨੇ ਇਹ ਵੀ ਦੱਸਿਆ ਹੈ ਕਿ ਉਸ ਨੂੰ ਹਮਲਾਵਰ ਇਨਸਾਸ ਰਾਈਫਲ ਅਤੇ ਕੁਹਾੜੀ ਨਾਲ ਦਿਖਾਈ ਦਿੱਤੇ ਸਨ ਅਜੇ ਵਿੱਚ ਬਠਿੰਡਾ ਛਾਉਣੀ ਥਾਣੇ ਵਿੱਚ 2 ਅਣਪਛਾਤੇ ਵਿਅਕਤੀਆਂ ਖਿਲਾਫ ਵੀ IPC ਦੀ ਧਾਰਾ 302 ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਯਾਨੀ ਕਿ ਭਾਲ ਵੀ ਸ਼ੁਰੂ ਕੀਤੀ ਗਈ ਹੈ ਸੋ ਸ਼ੁਰੂਆਤੀ ਤੌਰ ਤੇ ਪੁਲਿਸ ਨੇ ਇਹ ਘਟਨਾ ਆਪਸੀ ਗੋਲੀਬਾਰੀ ਦੀ ਜਾਪਦੀ ਸੀ ਪਰ ਹੁਣ ਪੁਲਿਸ ਵੱਲੋਂ ਇਹ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਔਰ ਇਹੋ ਜਿਹੇ ਮਾਹੌਲ ਵਿੱਚ ਕੰਟਰੋਲਮੈਂਟ ਦੇ ਏਰੀਆ ਵਿੱਚ ਜਦੋਂ ਚਾਰ ਜਵਾਨਾਂ ਨੂੰ ਕੋਈ ਬੰਦਾ ਮਾਰ ਕੇ ਚਲਾ ਜਾਏ ਤਾਂ ਉਹ ਚੀਜ਼ ਦੀ ਸੈਂਸਿਟਿਵਿਟੀ ਵੱਖਰੀ ਹੋ ਜਾਂਦੀ ਹੈਗੀ ਹੈ ਉਸ ਤੋਂ ਬਾਅਦ ਕਾਫੀ ਅਫਵਾਹਾਂ ਵੀ ਉੱਡੀਆਂ ਕਿ ਚਾਰ ਦੋ ਬੰਦੇ ਸੀਗੇ ਜਿਹੜੇ ਕੁੜਤਾ ਪਜਾਮਾ ਪਾ ਕਰਕੇ ਆਏ ਸੀਗੇ ਅੰਦਰ ਔਰ ਉਹਨਾਂ ਨੇ ਆ ਕਰਕੇ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਿਹਦੇ ਨਾਲ ਸਾਨੂੰ ਸ਼ੱਕ ਹੋ ਗਿਆ ਕਿ ਕਿਤੇ ਟੈਰਿਸਟ ਇੰਸੀਡੈਂਟ ਨਾ ਹੋਵੇ ਬਟ ਜਦੋਂ ਆਪਾਂ ਇਨਵੈਸਟੀਗੇਸ਼ਨ ਇਹਦੀ ਸ਼ੁਰੂ ਕੀਤੀ ਅਗਲੀ ਤੇ ਸਾਨੂੰ ਇਹ ਕਲੀਅਰ ਹੋਇਆ ਕਿ ਜਿਹੜਾ ਇੱਕ ਵੈਪਨ ਕੁਝ ਇੱਕ ਦਿਨ ਪਹਿਲਾਂ ਚੋਰੀ ਹੋਇਆ ਸੀਗਾ ਇਨਸਾਸ ਰਾਈਫਲ ਉਹਦੇ ਨਾਲ ਕੁਝ ਕਾਰਤੂਸ ਵੀ ਜਿਹੜੇ ਹੈਗੇ ਚੋਰੀ ਹੋਏ ਸੀਗੇ ਉਹੀ ਵੈਪਨ ਜਿਹੜਾ ਹੈਗਾ ਉਹ ਇਸ ਇੰਸੀਡੈਂਟ ਵਿੱਚ ਯੂਜ ਕੀਤਾ ਗਿਆ ਸੀ ਔਰ ਸਾਨੂੰ ਪਤਾ ਹੈ ਕਿ ਜਦੋਂ ਇਹੋ ਜਿਹੇ ਇੰਸੀਡੈਂਟ ਵਿੱਚ ਕੋਈ ਵੈਪਨ ਇੰਟਰਨਲ ਯੂਜ ਹੋਵੇ ਤਾਂ ਹਮੇਸ਼ਾ ਇਹ ਮੰਨਿਆ ਜਾਂਦਾ ਹੈ ਕਿ ਕੋਈ ਨਾ ਕੋਈ ਇੰਟਰਨਲ ਬੰਦਾ ਹੀ ਇਹਦੇ ਵਿੱਚ ਇਨਵੋਲਵ ਹੈ ਆਰਮੀ ਦੇ ਨਾਲ ਸਾਡੀ ਚੰਗੀ ਜਿਹੜੀ ਹੈਗੀ ਹੈ ਸਰਚ ਆਪਰੇਸ਼ਨ ਔਰ ਤਫਤੀਸ਼ ਜਿਹੜੀ ਹੈਗੀ ਹੈ ਲਗਾਤਾਰ ਆਪਾਂ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਰਹੇ ਹਾਂ ਔਰ ਇਨਵੈਸਟੀਗੇਸ਼ਨ ਕਰਦਿਆਂ ਹੋਇਆ ਕੱਲ੍ਹ ਸਾਨੂੰ ਇੱਕ ਬ੍ਰੇਕ ਥਰੂ ਮਿਲਿਆ ਜਦੋਂ ਆਪਾਂ
कुछ एक बंदे शक के आधार से पूछगिछ वास्ते अपने को बुलाया होया सी ते जिहड़े बंदे ने सानू इतला दी सी कि 4:30 बजे उन्हें दो बंदियां नू कुर्ता पजामा पा करके भजदे हुए जंगल क्या है ओदी पूछगिछ जो फर्क आया बार बार वो बयान नू चेंज कर रहा सी ते असी ओदी सताई दे नाल जिहड़ी पूछगिछ कीती तां उन्हें मन्निया कि वो जिहड़े चार जवानां नू मारिया गया हैगा वो ओदे वल्लों ही मारिया गया और उसने कुछ एक दिन पहला वेपन इंसास दा जिहड़ा हैगा 20 कारतूसां दे नाल मैगजीन समेत ते 8 राउंड जिहड़े सीगे एलएमजी दे वो चोरी कीते सीगे इसे मतलब नाल कीते सी कि ये पर्सनल बंदिया दे नाल और ये उन्हां नू मौत दे घाट उतारना चाहुंदा सी जदों मौके दी अपनी पड़ताल शुरू कीती गई सी साडी सीआईए दी टीम एसएचओ कैंट डीएसपी साहब और एसपीडी साहब मौके ते गए सी उदों सानू 19 जिहड़े हैगे ने खाली कारतूस मौके तों बरामद होए सीगे ਜਿਹੜੇ ਕਿ ਇਨਸਾਸ ਰਾਈਫਲ ਦੇ ਸੀਗੇ ਜਿੱਥੋਂ ਇਹ ਵੀ ਕਲੀਅਰ ਹੋ ਗਿਆ ਸੀ ਕਿ ਇਨਸਾਸ ਰਾਈਫਲ ਮੋਸਟ ਪ੍ਰੋਬਲੀ ਜਿਹੜੀ ਹੈਗੀ ਹੈ ਜੋ ਚੋਰੀ ਹੋਈ ਹੈ ਉਹੀ ਇਹਦੇ ਇਸਤੇਮਾਲ ਹੋਈ ਹੈ ਔਰ ਕੱਲ੍ਹ ਜਦੋਂ ਇਹਨੇ ਸਾਰਾ ਕੁਝ ਡਿਸਕਲੋਸ ਕੀਤਾ ਉਸ ਤੋਂ ਬਾਅਦ ਅਸੀਂ ਜਾ ਕਰਕੇ ਆਰਮੀ ਦੀ ਰੇਂਜ ਕਾਫੀ ਥੋਰੋ ਸਰਚ ਆਪਰੇਸ਼ਨ ਚਲਾਇਆ ਔਰ ਇਹਦੀ ਨਿਸ਼ਾਨਦੇਹੀ ਤੇ ਆਪਾਂ ਉਦੋਂ ਕੁੱਲ 7 ਕਾਰਤੂਸ ਬਰਾਮਦ ਕੀਤੇ ਹੈਗੇ ਨੇ ਜਿਹਦੇ ਵਿੱਚੋਂ 6 ਕਾਰਤੂਸ ਜ਼ਿੰਦਾ ਸੀਗੇ ਜਿਹੜੇ ਇਹਨੇ 8 ਕਾਰਤੂਸ ਚੋਰੀ ਕੀਤੇ ਸੀਗੇ ਐਲਐਮਜੀ ਵਿੱਚ ਉਹ ਸੀ ਔਰ ਇੱਕ ਮਿਸ ਫਾਇਰ ਹੋਇਆ ਸੀਗਾ ਜਦੋਂ ਇਹਨੇ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਪਹਿਲਾ ਰਾਊਂਡ ਇਹਦੇ ਕੋਲੋਂ ਮਿਸਫਾਇਰ ਹੋਇਆ ਸੀਗਾ ਜਿਹੜਾ ਇਹਨੂੰ ਹਾਰਟ ਦੀ ਜੇਬ ਵਿੱਚ ਆ ਗਿਆ ਸੀਗਾ ਔਰ ਇੰਸੀਡੈਂਟ ਕਰਨ ਤੋਂ ਬਾਅਦ ਨੇੜੇ ਦੇ ਇੱਕ ਸੀਵਰੇਜ ਪਿੱਟ ਵਿੱਚ ਅੰਦਰ ਲਗਾ ਕਰਕੇ ਉਹ ਸਾਰੇ ਦੇ ਸਾਰੇ 8 ਕਾਰਤੂਸ ਜ਼ਿੰਦਾ ਤੇ ਇੱਕ ਜਿਹੜਾ ਯੂਜ਼ਡ ਕਾਰਟ੍ਰਿਜ ਸੀਗਾ ਉਹ ਤੇ ਵੈਪਨ ਇਹ ਸਾਰੀ ਚੀਜ਼ਾਂ ਨੇ ਲਗਾ ਕਰਕੇ ਉਹਦੇ ਵਿੱਚ ਡੰਪ ਕਰਤੀਆਂ ਸੀਗੀਆਂ ਵੈਪਨ ਨੂੰ ਉਸੇ ਦਿਨ ਬਰਾਮਦ ਹੋ ਗਿਆ ਸੀਗਾ ਔਰ ਬਾਕੀ ਦੇ ਕਾਰਤੂਸਾਂ ਵਿੱਚੋਂ 9 ਕਾਰਤੂਸਾਂ ਜੋ ਸਾਨੂੰ 7 ਕਾਰਤੂਸ ਬਰਾਮਦ ਹੋ ਗਏ ਨੇ ਬਾਕੀ ਆਰਮੀ ਦੇ ਨਾਲ ਸਾਂਝਾ ਆਪਰੇਸ਼ਨ ਸਾਡਾ ਹਜੇ ਵੀ ਕੈਰਿੰਗ ਆਨ ਹੈ ਉੱਥੇ ਚੱਲ ਰਿਹਾ ਹੈਗਾ ਜਿਹੜੇ ਇੱਕ ਬੈਗ ਦੇ ਅੰਦਰ ਇਹਨੇ ਵੈਪਨ ਛੁਪਾ ਕੇ ਰੱਖਿਆ ਸੀਗਾ ਉਹ ਵੈਪਨ ਉਹ ਬੈਗ ਵੀ ਆਪਾਂ ਬਰਾਮਦ ਕਰ ਲਿਆ ਹੈ ਤੇ ਜਿਹੜੇ ਕੱਪੜੇ 'ਚ ਇਹਨੇ ਲੁਕਾ ਕਰਕੇ ਕਾਰਤੂਸ ਰੱਖੇ ਸੀਗੇ ਉਹ ਆਪਾਂ ਕੱਪੜਾ ਵੀ ਬਰਾਮਦ ਕਰ ਲਿਆ ਹੈ ਕਾਰਨ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਇਹਦੀ ਪਰਸਨਲ ਰੰਜਿਸ਼ ਸੀਗੀ फ्री सेवा जी हां पंजाबी पैणा ते प्रावां लई एक सुनेहा अजिहा के जिसनू पढ़ ते सुन तुसी बदल सकदे हो अपनी जिंदगी इसनू ना समझना कोई इश्तिहार दुनिया भर दे विच तुसी कुम्मे होणे जोची मौलवियां तांत्रिकां ते बाबियां कोल पर नहीं जे बणिया हल तां मैं करांगा तुहाडियां सारियां समस्यावां दे हल परेशानी जिवें ਸਾਡਾ ਪਤੀ ਜਿਹੜਾ ਬੇਟਾ ਕਿਸੇ ਹੋਰ ਹੱਥਾਂ ਵਿੱਚ ਹੈ ਘਰ ਵਿੱਚ ਕਲੇਸ਼ ਰਹਿੰਦਾ ਹੈ ਬੱਚੇ ਮਨਮਾਨੀ ਕਰਦੇ ਨੇ ਪਤੀ ਪਤਨੀ ਦੀ ਬਣਦੀ ਨਾ ਹੋਵੇ ਜਾਂ ਫਿਰ ਵਿਦੇਸ਼ ਦੇ ਵਿੱਚ ਪੱਕਾ ਹੋਣਾ ਹੋਵੇ ਤੁਸੀਂ ਕਰਜ਼ੇ ਤੋਂ ਪਰੇਸ਼ਾਨ ਹੋ ਜਾਂ ਲਾਟਰੀ ਵਾਸਤੇ ਪੈਸਾ ਬਰਬਾਦ ਕਰ ਚੁੱਕੇ ਹੋ ਤੁਹਾਡੀ ਕਿਸਮਤ ਵਿੱਚ ਲਾਟਰੀ ਹੈ ਜਾਂ ਨਹੀਂ ਇਹ ਵੀ ਪਤਾ ਕਰੋ ਮੇਰੇ ਕੋਲੋਂ ਪਿਆਰ ਵਿੱਚ ਧੋਖਾ ਨੌਕਰੀ ਕਾਰੋਬਾਰ 'ਚ ਪਰੇਸ਼ਾਨੀ ਜ਼ਮੀਨ ਜਾਇਦਾਦ ਦੀ ਸਮੱਸਿਆ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਪਰੇਸ਼ਾਨੀ ਜਿਵੇਂ ਸੌਤਨ ਤੋਂ ਛੁਟਕਾਰਾ ਨਵਗ੍ਰਹਿ ਪੂਜਾ ਮੰਗਲ ਦੋਸ਼ ਪੂਜਾ ਨਸ਼ਾ ਮੁਕਤੀ ਜਾਂ ਫਿਰ ਸਰੀਰ ਦਾ ਕੋਈ ਵੀ ਕਸ਼ਟ ਹੋਵੇ ਮੈਂ ਹਰ ਤਰ੍ਹਾਂ ਦਾ ਕਸ਼ਟ ਜਾਂ ਹਰ ਤਰ੍ਹਾਂ ਦੀ ਪਰੇਸ਼ਾਨੀ ਕਰਾਂਗਾ ਦੂਰ ਤੇ ਇਸ ਕੇਸ ਦੇ ਵਿੱਚ ਮਿਲੇਗੀ ਤੁਹਾਨੂੰ ਹਰ ਪਾਸਿਓਂ ਸਫਲਤਾ ਤੁਹਾਡੀ ਜ਼ਿੰਦਗੀ ਵਿੱਚ ਜੇਕਰ ਕੋਈ ਦੁੱਖ ਜਾਂ ਪਰੇਸ਼ਾਨੀ ਹੈ ਪਾ ਤੁਸੀਂ ਕਰਨਾ ਹੈ ਤੇ ਰਸਤਾ ਅਸੀਂ ਦਿਆਂਗੇ ਸਮੱਸਿਆ ਕੋਈ ਵੀ ਹੋਵੇ ਪਰ ਫੀਸ ਕੋਈ ਨਹੀਂ ਜੇਕਰ ਮਾਤਾ ਨੂੰ ਮੰਨਦੇ ਹੋ ਤਾਂ ਇੱਕ ਵਾਰ ਜ਼ਰੂਰ ਫੋਨ ਕਰੋ ਮੋਬਾਈਲ ਨੰਬਰ 7973822721 ਪੰਡਿਤ ਸ਼੍ਰੀ ਜੀ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ।